ਸ੍ਰੀ ਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਇੱਕ ਨਾਟਕ ਦਾ ਉਲੇਖ surjit patar ji ਦੀ ਲਿਖੀ ਹੋਈ ਵਾਰਤਿਕ ਰਚਨਾ ਪੜ੍ਹਦੇ ਹਾਂ ਇਹਦੇ ਵਿੱਚ ਕਵੀ ਸ਼ੁਰੂ ਵਿੱਚ ਲਿਖਦਾ ਹੈ ਕਹਿੰਦਾ ਮੇਰੇ ਨਾਲ ਇਹੋ ਜਿਹਾ ਕੁਝ ਨਹੀਂ ਹੋਇਆ ਪਰ ਮੇਰੇ ਅੰਦਰ ਦੀ ਪਰਤਰੀ ਕੰਮਦਾ ਹੈ ਕੀ ਹੋਇਆ ਪਤਾ ਨਹੀਂ ਕੀ ਹੋਇਆ ਹੋਵੇਗਾ ਤੋਤਾ ਮੈਨਾ ਦੇ ਕਿਸੇ ਵਿੱਚ ਇੱਕ ਕਿੱਸਾ ਮੈਨਾ ਸੁਣਾਉਂਦੀ ਹੈ ਪੁਰਖ ਦੀ ਬੇਵਫਾਈ ਦਾ ਇੱਕ ਤੋਤਾ ਇੱਕ ਕਿਸਾ ਤੋਤਾ ਸੁਣਾਉਂਦਾ ਨਾਰਦੀ ਬੇਵਫਾਈ ਦਾ ਲੂਨਾ ਸਲਮਾਨ ਨਾਲ ਬੇਵਫਾਈ ਕਰਦੀ ਹੈ ਕੋਕੀਲਾ ਰਸੂਲ ਨਾਲ ਪਿੰਗਲਾ ਪਰਥਰੀ ਨਾਲ ਪਰ ਲੂਨਾ ਕੋਕੀਲਾ ਪਿੰਗਲਾ ਪਤਾ ਨਹੀਂ ਇਹਨਾਂ ਦੇ ਪਤੀ ਰਾਜਿਆਂ ਦੀਆਂ ਕਿੰਨੀਆਂ ਰਾਣੀਆਂ ਹਾਂ ਜਿਨ੍ਹਾਂ ਦੀ ਬੇਵਫਾਈ ਹੀ ਬੇਵਫਾਈ ਹੈ ਉਸ ਤੋਂ ਬਾਅਦ ਲੇਖਕ ਇੱਥੇ ਕਿਸਿਆਂ ਦੀ ਗੱਲ ਕਰਦਾ ਜਿੱਥੇ ਕਿ ਜਿਨ੍ਹਾਂ ਦੇ ਵਿੱਚ ਆਪਸੀ ਰਿਸ਼ਤਿਆਂ ਦੇ ਵਿੱਚ ਬੇਵਫਾਈ ਕਿਤੇ ਦੇਖਣ ਨੂੰ ਮਿਲਦੀ ਹੈ ਉਹਦੀ ਗੱਲ ਕਰਦਾ ਉਸ ਤੋਂ ਬਾਅਦ ਉਹ ਨਾਟਕ ਦਾ ਅਲਿਖ ਕਰਦਾ ਦੱਖਣੀ ਅਫਰੀਕਾ ਦੇ ਸਾਹਿਤਕਾਰ ਕੈਨ ਵਿਥਵਾ ਦੀ ਕਹਾਣੀ ਤੇ ਆਧਾਰਿਤ ਹੈ ਜਿਸ ਦੀ ਨਾਇਕਾ ਆਪਣੇ ਪਤੀ ਨਾਲ ਬੇਵਫਾਈ ਕਰਦੀ ਹੈ ਉਸ ਤੋਂ ਬਾਅਦ ਉਹ ਨੀਲਾਮਾਨ ਸਿੰਘ ਚੌਧਰੀ ਸ਼ੁਮਾਰ ਇਸ ਵੇਲੇ ਭਾਰਤ ਦੇ ਤਿੰਨ ਚਾਰ ਸਭ ਤੋਂ ਵੱਡੇ ਨਾਟਕ ਨਿਰਦੇਸ਼ਕਾਂ ਵਿੱਚ ਹੁੰਦਾ ਹੈ ਮਤਲਬ ਇਥੇ ਉਹ ਫਿਰ ਨੀਲਮ ਦੀ ਪ੍ਰਸ਼ੰਸਾ ਕਰਦਾ ਵੀ ਜੋ ਕੀ ਹੈ ਆਪਣੇ ਨਾਟਕਾਂ ਨਾਲ ਆਪਣੀ ਨਾਟਕ ਨਿਰਦੇਸ਼ਕਾਂ ਨਾਲ ਜਿਹਦੀ ਬਹੁਤ ਪ੍ਰਚਲਿਤ ਹੈ ਉਸ ਤੋਂ ਬਾਅਦ ਜਿਹੜਾ ਨਾਟਕ ਬਣਾ ਰਿਹਾ ਹੈਗਾ ਜਿਹੜੀ ਇਸ ਕਹਾਣੀ ਦਾ ਉਸ ਦਾ ਨਾਮ ਦੱਸਦਾ ਹੈ ਲੇਖਕ ਉਹ ਕਹਿੰਦਾ ਉਹਦਾ ਨਾਮ ਸੂਟ ਹੈ ਜਿਹਦੇ ਵਿੱਚ ਉਹ ਪਤੀ ਪਤਨੀ ਦੀ ਗੱਲ ਕਰਦਾ ਜੋ ਕੀ ਹੈ ਆਪਸ ਵਿੱਚ ਜਿਨ੍ਹਾਂ ਦਾ ਰਿਸ਼ਤਾ ਕਿਸੇ ਕਾਰਨ ਜਿਹੜਾ ਖਰਾਬ ਹੋ ਜਾਂਦਾ ਕਿਉਂਕਿ ਜਿਹਦੇ ਵਿੱਚ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਗਈ ਹੈ ਵੀ ਉਹ ਜਦੋਂ ਸਵੇਰੇ ਜਲਦੀ ਉੱਠਦਾ ਹੈਗਾ ਮੁਖਤਿਆਰ ਦੀ ਗੱਲ ਹੈ ਉਹਦੇ ਵਿੱਚ ਤੇ ਉਹਦੀ ਪਤਨੀ ਮੀਨਾ ਜਦੋਂ ਸੁ ਵੀਰੇ ਜਲਦੀ ਉੱਠਦਾ ਤਾਂ ਉਹ ਆਪਣੀ ਪਤਨੀ ਨੂੰ ਜਗਾਉਂਦਾ ਨਹੀਂ ਉਹ ਨੂੰ ਬੜੀ ਸ਼ਾਂਤ ਲੱਗਦੀ ਹੈ ਮਾਸੂਮ ਲੱਗਦੀ ਹੈ ਪਰ ਸੁਪਨੇ ਦੇ ਵਿੱਚ ਜਦੋਂ ਕਹਿ ਦਿੰਦੀ ਹੈ ਵੀ ਉਹ ਕਿਤੇ ਉਜਾੜ ਵਿਆ ਵਾਂਝ ਸੀ ਇਕੱਲੀ ਸੀ ਉਹਨੇ ਬਹੁਤ ਆਵਾਜ਼ਾਂ ਮਾਰੀਆਂ ਮੁਖਤਿਆਰ ਨੂੰ ਪਰ ਉਹ ਬੋਲਿਆ ਨਾ ਤੂੰ ਕਿੱਥੇ ਚਲਾ ਗਿਆ ਸੀ ਤੂੰ ਕਿਉਂ ਨਹੀਂ ਸੀ ਮੇਰੇ ਖਾ ਵਿੱਚ ਇਹ ਪਲਾਂ ਕਿਸ ਦਾ ਕਸੂਰ ਸੀ ਮੈਂ ਕਿਉਂ ਨਹੀਂ ਸਿਖਾ ਵਿੱਚ ਮੈਨੂੰ ਕੀ ਪਤਾ ਸੀ ਇਸੇ ਖਾਬ ਵਿੱਚ ਕਿਵੇਂ ਐਂਟਰ ਕਰਾਂ ਇਹਦੇ ਵਿੱਚ ਜਿਹੜੀਆਂ ਮੁਖਤਿਆਰ ਦੀਆਂ ਭਾਵਨਾਵਾਂ ਹੁੰਦੀਆਂ ਕਿਉਂਕਿ ਉਹ ਸੁਪਨੇ ਵਿੱਚ ਕਿਉਂ ਨਹੀਂ ਆਉਂਦਾ ਪਰ ਉਹ ਸਵੇਰੇ ਉੱਠ ਕੇ ਇਹੀ ਦੁਆ ਕਰਦਾ ਇੱਕ ਚਾਹ ਬਣਾ ਕੇ ਦਿੰਦਾ ਆਪਣੀ ਪਤਨੀ ਨੂੰ ਤੇ ਇਹ ਅਰਦਾਸ ਕਰਦਾ ਰੱਬ ਅੱਗੇ ਕਿ ਮੈਂ ਇਹਦੇ ਸੁਪਨੇ ਦੇ ਵਿੱਚ ਆ ਸਕਾਂ ਪਰ ਉਸ ਤੋਂ ਬਾਅਦ ਉਹਦੇ ਭਾਈਆ ਇਕਬਾਲ ਤੋਂ ਉਸ ਨੂੰ ਆਪਣੀ ਪਤਨੀ ਬਾਰੇ ਤੇ ਕੁਝ ਕੁ ਚੀਜ਼ਾਂ ਉਹ ਆਪ ਅੱਖੀਂ ਦੇਖਦਾ ਜ ਜਿਹਦੇ ਵਿੱਚ ਉਹਦੀ ਪਤਨੀ ਉਹਦੇ ਨਾਲ ਬੇਵਫਾਈ ਕਰਦੀ ਹੈ ਕਿਸੇ ਗੈਰ ਮਰਦ ਦੇ ਨਾਲ ਜਿਹੜਾ ਰਿਸ਼ਤਾ ਜੋੜਦੀ ਹੈ ਤੇ ਉਸ ਤੋਂ ਬਾਅਦ ਉਹਨੂੰ ਆਪ ਦੇ ਘਰੇ ਕਿਸੇ ਗੈਰ ਮਰਦ ਦਾ ਸੂਟ ਪ੍ਰਾਪਤ ਹੁੰਦਾ ਹੈਗਾ ਉਸ ਤੋਂ ਬਾਅਦ ਉਹ ਉਸੇ ਅੰਦਰ ਇੱਕ ਬੰਬ ਫਟਣ ਵਾਂਗ ਜਿਹੜੀ ਸਥਿਤੀ ਹੁੰਦੀ ਹੈ ਤੇ ਉਹ ਇੱਕ ਉਹਨਾਂ ਹਾਲਾਤਾਂ ਨੂੰ ਬਿਆਨ ਨਹੀਂ ਕਰ ਸਕਦਾ ਵੀ ਉਹਦੇ ਤੇ ਕੀ ਬੀਤਦੀ ਹੈ ਕਿਸ ਤਰੀਕੇ ਨਾਲ ਉਹਦਾ ਜਿਹੜਾ ਪ੍ਰਤੀਕਰਮ ਹੁੰਦਾ ਹੈਗਾ ਉਸ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਕੋਈ ਹਿੰਸਾ ਨਹੀਂ ਕਰਦਾ ਜਿਸ ਤਰੀਕੇ ਨਾਲ ਇਹਦੇ ਵਿੱਚ ਕੋਰਸ ਦੇ ਵਿੱਚ ਇੱਕ ਜਾਨਾ ਦੂਜੇ ਨੂੰ ਪੁੱਛਦਾ ਹੈਗਾ ਵੀ ਜੇ ਮੰਨ ਲਓ ਤੁਹਾਡੀ ਪਤਨੀ ਐਵੇਂ ਕਰੇ ਤਾਂ ਤੁਸੀਂ ਕੀ ਕਰੋਗੇ ਤੇ ਇਸ ਵਿੱਚ ਲੇਖਕ ਲਿਖਦਾ ਵੀ ਕੋਈ ਹੱਤਿਆ ਕਰ ਦੇਵੇਗਾ ਕੋਈ ਮਰ ਜਾਵੇਗਾ ਪਰ ਮੁਖਤਿਆਰ ਐਵੇਂ ਨਹੀਂ ਕਰਦਾ ਉਹ ਆਪਣੀ ਪਤਨੀ ਨੂੰ ਉਸ ਸੂਟ ਨੂੰ ਇੱਕ ਮਹਿਮਾਨ ਦੇ ਤੌਰ ਤੇ ਹੀ ਵਿਚਰਨ ਲਈ ਕਹਿੰਦਾ ਹੈ ਸੂਟ ਨੂੰ ਹਮੇਸ਼ਾ ਨਾਲ ਰੱਖਦਾ ਹੈ ਜੋ ਕਿ ਉਹਨੂੰ ਦੇ ਘਰੇ ਪ੍ਰਾਪਤ ਹੋਇਆ ਕਿਉਂਕਿ ਉਹਦੇ ਨਾਲ ਉਹਦੀ ਪਤਨੀ ਦੀ ਕੀਤੀ ਬੇਵਫਾਈ ਨੂੰ ਯਾਦ ਰੱਖਦਾ ਭੁੱਲਦਾ ਨਹੀਂ ਖਾਣਾ ਬਣਾਉਣ ਵੇਲੇ ਵੀ ਉਹ ਮੀਨਾ ਨੂੰ ਕਹਿੰਦਾ ਉਹਦੀ ਪਤਨੀ ਮੀਨਾ ਹੈ ਉਹ ਵੀ ਉਹਨੂੰ ਕੁਰਸੀ ਦੇ ਉੱਪਰ ਟੰਗਦਾ ਬਾਹਰ ਘਮਾਉਣ ਲਈ ਲਜਾਣ ਲਈ ਕਹਿੰਦਾ ਜੇ ਉਹ ਮੀਨਾ ਉਸ ਨੂੰ ਨਹੀਂ ਰੱਖਦੀ ਤਾਂ ਉਹਦੇ ਲਈ ਉਹ ਉਹਨੂੰ ਛਿੜਕਦਾ ਵੀ ਹੈ ਤਾਂ ਇਹਦੇ ਵਿੱਚ ਇਹ ਕਹਾਣੀਕਾਰ ਬਿਲਕੁਲ ਚੁੱਪ ਹੈ ਮੀਨਾ ਵੀ ਚੁੱਪ ਹੈ ਵੀ ਕਿਸੇ ਫਿਰ ਉਸਨੂੰ ਉਹ ਗੈਰ ਨੂੰ ਯਾਦ ਕਰਦੀ ਹੈ ਜਾਂ ਨਹੀਂ ਜਦੋਂ ਉਹ ਸੂਟ ਉਹਦੇ ਅੱਗੇ ਰੱਖਦਾ ਹੈਗਾ ਇਸ ਬਾਰੇ ਲੇਖਕ ਮਤਲਬ ਕਿ ਬਿਲਕੁਲ ਚੁੱਪ ਹੈ ਸੋਚਦਾ ਹਾਂ ਲਾਸ਼ਾਂ ਦਾ ਦਫਨ ਕਫਨ ਕਰ ਦੇਣਾ ਚਾਹੀਦਾ ਹੈ ਆਪਣੇ ਅਥਰੂ ਕੀਤੇਗੇ ਬੰਦਿਆਂ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਨਾਟਕ ਦੇ ਸ਼ੁਰੂ ਵਿੱਚ ਮੀਨਾ ਦੋਸ਼ੀ ਲੱਗਦੀ ਹੈ ਪਰ ਅੰਤ ਵਿੱਚ ਸਾਨੂੰ ਮੁਖਤਿਆਰ ਦੋਸ਼ੀ ਲੱਗਣ ਲੱਗ ਜਾਂਦਾ ਹੈ ਕਿਉਂਕਿ ਉਹ ਹਰ ਵੇਲੇ ਸੂਟ ਨੂੰ ਯਾਦ ਰੱਖਦਾ ਹੈ ਜੋ ਮੀਨਾ ਭੁੱਲ ਜਾਵੇ ਜਾਂ ਜਾਣ ਬੁਝ ਕੇ ਭੁੱਲਣਾ ਚਾਹੀ ਤਾਂ ਉਸ ਰਗੋਗੀ ਕਰਦਾ ਹੈ ਮਤਲਬ ਕਿ ਉਹਨੂੰ ਭੁੱਲਣ ਦਾ ਮੌਕਾ ਹੀ ਨਹੀਂ ਦਿੰਦਾ ਹਰ ਟਾਈਮ ਉਹ ਸੂਟ ਨੂੰ ਯਾਦ ਰੱਖਦਾ ਹੈ ਮੀਨਾ ਆਪਣਾ ਮਹਿਮਾਨ ਜਦੋਂ ਨਹੀਂ ਲੈ ਕੇ ਆਉਂਦੀ ਤਾਂ ਉਹ ਤੇ ਗਰਜਦਾ ਹੋ ਕਈ ਵਾਰ ਮੀਨਾ ਸੋਚਦੀ ਹੈ ਵੀ ਉਹ ਛੱਡ ਕੇ ਚਲੀ ਜਾਵੇ ਪਰ ਫਿਰ ਉਹ ਸੋਚਦੀ ਹੈ ਮੈਂ ਕਿੱਥੇ ਜਾਵਾਂਗੀ ਫਿਰ ਮੀਨਾ ਔਰਤਾਂ ਦਾ ਕਲੱਬ ਜੁਆਇਨ ਕਰਦੀ ਹੈ ਉਸ ਤੋਂ ਬਾਅਦ ਫਿਰ ਆਉਂਦੀ ਹੈ ਆਖਰੀ ਸ਼ਾਮ ਤੱਕ ਮੀਨਾ ਲਈ ਜ਼ਿੱਲਤ ਅਤੇ અપਨਾਣ ਦੀ ਇਜ਼ਰਾ ਹੋ ਜਾਂਦੀ ਹੈ ਮੀਨਾ ਆਪਣੇ ਕਲੱਬ ਦੀਆਂ ਸਹੇਲੀਆਂ ਨੂੰ ਪਾਰਟੀ ਤੇ ਬੁਲਾਉਂਦੀ ਹੈ ਮੀਨਾ ਟੇਬਲ ਸਜਾ ਰਹੀ ਹੁੰਦੀ ਹੈ ਮਹਿਮਾਨ ਆ ਰਹੇ ਹੁੰਦੇ ਹੈ ਮਹਿਮਾਨ ਕੁਰਸੀਆਂ ਤੇ ਬੈਠ ਜਾਂਦੀ ਹੈ ਖਾਣਾ ਸ਼ੁਰੂ ਕਰਨ ਲੱਗਦੇ ਹੈ ਮੁਖਤਿਆਰ ਮਿੰਨਾ ਵੱਲ ਭੇਤ ਭਰੀਆਂ ਨਿਗਾਹਾਂ ਨਾਲ ਦੇਖਦਾ ਹੈ ਮਿੰਨਾ ਉਸ ਤੋਂ ਨਜ਼ਰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਮੁਖਤਿਆਰ ਉਸ ਦੇ ਕੰਨਾਂ ਵਿੱਚ ਕੁਸਰਮੁਸਰ ਕਰਦਾ ਹੈ ਆਪਣਾ ਖਾਸ ਮਹਿਮਾਨ ਮਤਲਬ ਜਿਹੜਾ ਉਹ ਸੂਟ ਉਹ ਨੂੰ ਮਿਲਿਆ ਸੀਗਾ ਉਹਨਾਂ ਦੇ ਘਰ ਉਸ ਦਾ ਜ਼ਿਕਰ ਕਰਦਾ ਮਿੰਨਾ ਕੋਲ ਮੁਖਤਿਆਰ ਗੁੱਸੇ ਨਾਲ ਬੋਲਦਾ ਹੈ ਮਿੰਨਾ ਜਦੋਂ ਮਿੰਨਾ ਫਿਰ ਵੀ ਨਹੀਂ ਹਟਦੀ ਤਾਂ ਉਹ ਗਰਜਦਾ ਹੈ ਹੁਣ ਤੇਰੇ ਕੋਲ ਹੁਣ ਤੈਨੂੰ ਸ਼ਰਮ ਨਹੀਂ ਆਉਂਦੀ ਮੀਨਾ ਡਰ ਨਾਲ ਪੀਲੀ ਭੂਖ ਹੋ ਜਾਂਦੀ ਹੈ ਉੱਠਦੀ ਹੈ ਸੂਟ ਲਿਆ ਕੇ ਕੁਰਸੀ ਤੇ ਸਜਾ ਦਿੰਦੀ ਹੈ ਸਜਾ ਦਿੰਦੀ ਹੈ ਤੇ ਉਸ ਦੇ ਅੱਗੇ ਖਾਣਾ ਪਰੋਸਨ ਦਿੰਦੀ ਹੈ ਸਾਰੇ ਮਹਿਮਾਨ ਹੈਰਾਨ ਹੋ ਜਾਂਦੇ ਹਨ ਫਿਰ ਅਚਾਨਕ ਬੋਲਣ ਲੱਗ ਜਾਂਦੀ ਹਨ ਇਹ ਕੀ ਹੋ ਰਿਹਾ ਹੈ ਇਹ ਸੂਟ ਅੱਗੇ ਖਾਣਾ ਪਰੋਸਨ ਦਾ ਕੀ ਮਤਲਬ ਕਈ ਮਹਿਮਾਨ ਤਾਂ ਅਜੀਬ ਤਰ੍ਹਾਂ ਹੱਸਦੇ ਆ ਇਹ ਕੀ ਮਤਲਬ ਹੋਇਆ ਮੁਖਤਿਆਰ ਕਹਿਣ ਲੱਗਾ ਮੀਨਾ ਤੋਂ ਪੁੱਛੋ ਉਹ ਇਸ ਸ਼ਖਸ ਨੂੰ ਸਭ ਤੋਂ ਵੱਧ ਜਾਣਦੀ ਹੈ ਕੁਝ ਪਲਤਾ ਮਿੰਨਾ ਕੁਝ ਨਾ ਬੋਲ ਸਕੀ ਫਿਰ ਬੇਜਕੀ ਨੇ ਜਿਹੇ ਢੰਗ ਨਾਲ ਕਹਿਣ ਲੱਗੀ ਇਹ ਬਸ ਇੱਕ ਖੇਡ ਹੈ ਜਿਹੜੀ ਮੈਂ ਤੇ ਮੁਖਤਿਆਰ ਖਾਣਾ ਖਾਣ ਵੇਲੇ ਹਰ ਵਾਰ ਖੇਡਦੀ ਹਾਂ ਸਾਰੇ ਉੱਚੀ ਉੱਚੀ ਹੱਸ ਪਏ ਤੇ ਖਾਣਾ ਖਾਣ ਲੱਗ ਪਏ ਖਾਣੇ ਤੋਂ ਬਾਅਦ ਨ੍ਰਿਤ ਸ਼ੁਰੂ ਹੁੰਦਾ ਸਭ ਨੱਚਣ ਲੱਗ ਜਾਂਦੇ ਹਨ ਆਪਣੇ ਆਪਣੇ ਸਾਥੀ ਨਾਲ ਮੁਖਤਿਆਰ ਤੇ ਮਿੰਨਾ ਵੀ ਨੱਚਣ ਲੱਗਦੇ ਹਨ ਮੁਖਤਿਆਰ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਹ ਸੂਟ ਚੱਕ ਲਿਆ ਤੇ ਮਿੰਨਾ ਨੂੰ ਸੂਟ ਨਾਲ ਨਚਾਉਣ ਲੱਗਾ ਮੂਲ ਕਹਾਣੀ ਮੁਤਾਬਕ ਇਸ ਪਾਰਟੀ ਤੋਂ ਅਗਲੀ ਸ਼ਾਮ ਜਦੋਂ ਮੁਖਤਿਆਰ ਕੰਮ ਤੋਂ ਵਾਪਸ ਆਉਂਦਾ ਹੈ ਤਾਂ ਮਿਨਾ ਆਪਣੇ ਬਿਸਤਰੇ ਤੇ ਮਰੀ ਪਈ ਹੁੰਦੀ ਹੈ ਸਾਡੇ ਨਾਟਕ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਤੇ ਨੀਲਮ ਕਹਿੰਦੀ ਹੈ ਮੈਨੂੰ ਇਹ ਅੰਤਮਨ ਮਨਜ਼ੂਰ ਨਹੀਂ ਮਿਨਾ ਨੂੰ ਮਰਨਾ ਨਹੀਂ ਚਾਹੀਦਾ ਸੀ ਸਕ੍ਰਿਪਟ ਵਿੱਚ ਪਾਰਟੀ ਤੋਂ ਪਹਿਲਾਂ ਇੱਕ ਰਾਤ ਜੋੜੀ ਜਾਂਦੀ ਹੈ ਜਿਸ ਰਾਤ ਦੌਰਾਨ ਸ਼ਰਾਬੀ ਮੁਖਤਿਆਰ ਮਿਨਾ ਨੂੰ ਪਿਆਰ ਕਰਦਾ ਹੋਇਆ ਅਚਾਨਕ ਸੂਟ ਨੂੰ ਵਿਚਕਾਰ ਲੈ ਆਉਂਦਾ ਹੈ ਤੇ ਮਿੰਨਾ ਨੂੰ ਮਜਬੂਰ ਕਰਦਾ ਹੈ ਕਿ ਉਹ ਸੂਟ ਨੂੰ ਪਿਆਰ ਕਰੇ ਫਿਰ ਪਾਰਟੀ ਦੀ ਸ਼ਾਮ ਦੌਰਾਨ ਉਹ ਮਿੰਨਾ ਨੂੰ ਸੂਟ ਨਾਲ ਨੱਚਣ ਲਈ ਮਜਬੂਰ ਕਰਦਾ ਹੈ ਮਿੰਨਾ ਦੌੜ ਕੇ ਸੂਟ ਅੰਦਰ ਰੱਖ ਆਉਂਦੀ ਹੈ ਮੁਖਤਿਆਰ ਫਿਰ ਸੂਟ ਚੱਕ ਲਿਆਉਂਦਾ ਹੈ ਫਿਰ ਗੱਲ ਤੇ ਤਿੰਨ ਵਾਰ ਦਹਿرائی ਜਾਂਦੀ ਹੈ ਮਿੰਨਾ ਜੀ ਭਿਆਨੀ ਹੋ ਕੇ ਸੂਟ ਪਕੜ ਕੇ ਅੰਦਰ ਚਲੀ ਜਾਂਦੀ ਹੈ ਮੁਖਤਿਆਰ ਗੁੱਸੇ ਨਾਲ ਆਵਾਜ਼ਾਂ ਮਾਰਦਾ ਹੈ ਮਿੰਨਾ 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 ਅੰਦਰੋਂ ਆਉਂਦੀ ਹੈ ਬਿਲਕੁਲ ਵੱਖਰੇ ਰੋ ਵਿੱਚ ਉਸ ਨੂੰ ਹੁਣ ਸੂਟ ਪਕੜਿਆ ਹੋਇਆ ਨਹੀਂ ਪਹਿਨਿਆ ਹੋਇਆ ਹੈ ਮੈਂ ਮਨ ਉਸਦੀ ਅਦਾ ਤੇ ਖੁਸ਼ ਹੁੰਦੀ ਹਨ ਮੁਖਤਿਆਰ ਹੱਕਾ ਬੱਕਾ ਹੈ ਉਹ ਉਸ ਦਾ ਸੂਟ ਉਤਾਰਨ ਦੀ ਕੋਸ਼ਿਸ਼ ਕਰਦਾ ਮਿਨਾ ਨਹੀਂ ਉਤਾਰਦੀ ਹੁਣ ਇਹ ਪਹਿਰਾਵਾ ਨਹੀਂ ਮੇਰੀ ਚਮੜੀ ਹੈ ਮਿਨਾ ਨੇ ਇਸ ਵਾਕ ਨਾਟਕ ਇੱਕ ਨਵੀ ਸਿੱਖ ਸਿਰਦ ਕੇ ਖਤਮ ਹੋ ਜਾਂਦਾ ਹੈ ਇਹ ਵਾਕ মূল ਕਹਾਣੀ ਦਾ ਹਿੱਸਾ ਨਹੀਂ ਹੈ ਮਤਲਬ ਇਸ ਮਤਲਬ ਕਿ ਜੋ ਨਾਟਕ ਦਾ ਲੇਖ ਕੀਤਾ ਹੈ ਇਹਦੇ ਵਿੱਚ ਦੋ ਪਤੀ ਪਤਨੀ ਦੀ ਗੱਲ ਹੋਈ ਆ ਜੋ ਆਪਸ ਵਿੱਚ ਜਿਨ੍ਹਾਂ ਦਾ ਰਿਸ਼ਤੇ ਦੇ ਵਿੱਚ ਕਿਸੇ ਦਰਾੜ ਪੈਣ ਕਰਕੇ ਜਿਦੀ ਕਰਕੇ ਉਹ ਪਲ-ਪਲ ਮਰਦੀ ਹੈ ਤੇ ਲਾਸਟ ਤੇ ਆ ਕੇ ਜਿਹੜੀ ਉਹਦੀ ਮੌਤ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਜਿਹੜੀ ਪਤੀ ਦੀ ਮਾਨਸਿਕਤਾ ਤੇ ਪਤਨੀ ਦੇ ਜਿਹੜੇ ਹਾਲਾਤਾਂ ਨੂੰ ਬਿਆਨ ਕੀਤਾ ਉਹਨਾਂ ਦੀ ਜਿਹੜੀ ਬੇਵਫਾਈ ਹੈ ਤਾਂ ਇਹਦੇ ਵਿੱਚ ਲੇਖਕ ਨੇ ਸਾਨੂੰ ਉਹਦਾ ਚਾਨਣਾ ਪਾਇਆ ਧੰਨਵਾਦ